ਸ਼ਰਮਾ ਨਾਮ ਹੈ ਜੀ। ਸ਼ਰਮਾ ਜੀ ਕੀ ਮੁਸ਼ਕਿਲ ਆ ਜਿਹੜੇ ਪ੍ਰੋਟੈਸਟ ਕੀਤਾ? ਦੇਖੋ ਜੀ, ਆਪਾਂ ਇੱਥੇ ਪਿਛਲੇ 30 ਸਾਲ ਤੋਂ ਟੈਕਸੀ ਦਾ ਕੰਮ ਕਰ ਰਹੇ ਹਾਂ ਜੀ। 30 ਸਾਲ ਤੋਂ ਮੈਂ ਇੱਥੇ ਟੈਕਸੀ ਚਲਾ ਰਿਹਾ ਜੀ। ਪਹਿਲੇ 20 ਸਾਲ ਦੇ ਵਿੱਚ ਤਾਂ ਰੇਲਵੇ ਨੇ ਸਾਡੇ ਨਾਲ ਬਹੁਤ ਵਧੀਆ ਵਪਾਰ ਚੱਲਦਾ ਰਿਹਾ ਸਾਡੇ ਨਾਲ ਸਾਰੇ, ਆਪਾਂ ਉਹਨਾਂ ਨੂੰ ਪੈਸੇ ਵੀ ਦਿੰਦੇ ਰਹੇ, ਸਭ ਕੁਝ ਕਰਦੇ ਰਹੇ, ਹੁਣ ਵੀ ਅਸੀਂ ਪੈਸੇ ਦੇ ਰਹੇ ਹਾਂ। ਅਤੇ 20 ਸਾਲ ਤੱਕ ਇਹਨਾਂ ਦਾ ਸਾਡਾ ਬੜਾ ਵਧੀਆ ਤਾਲਮੇਲ ਰਿਹਾ। ਪਿਛਲੇ 10 ਸਾਲਾਂ ਤੋਂ ਇਹਨਾਂ ਨੇ ਸਾਡੇ ਨਾਲ ਇਹੋ ਜਿਹਾ ਕੰਮ ਕਰਨਾ ਚਾਲੂ ਕਰਤਾ ਜੀ। ਕਦੀ ਆ ਜਾਂਦੇ ਜੀ, ਆਪਾਂ ਇੱਥੇ ਠੇਕੇਦਾਰ ਨੂੰ ਦੇਣੀ ਹੈ ਜੀ ਜਗ੍ਹਾ, ਇੱਥੋਂ ਖਾਲੀ ਕਰੋ ਜੀ, ਇੱਥੋਂ ਭਜਾ ਕੇ ਲੈ ਜਾਓ ਜੀ, ਇੱਥੋਂ ਇੰਝ ਕਰ ਲਓ। 10 ਸਾਲਾਂ ਤੋਂ ਇਹਨਾਂ ਸਾਡੇ ਨੱਕ 'ਚ ਦਮ ਕੀਤਾ ਜੀ। ਉੱਥੇ ਮੈਂ 10 ਸਾਲ ਪਹਿਲਾਂ ਇੱਥੇ ਆਏ ਜੀ, ਸਾਡਾ ਜਿਹੜਾ ਟੈਕਸੀ ਸਟੈਂਡ ਜੇ ਇਹਨੂੰ ਇਹਨਾਂ ਨੇ ਪੂਰੀ ਢਾਣ ਦੀ ਕੋਸ਼ਿਸ਼ ਕੀਤੀ। ਫੋਰਸ ਦੇ ਨਾਲ ਆਏ ਹੈ ਜੀ, ਫੋਰਸ ਦੇ ਨਾਲ ਆਏ, ਆਪਾਂ ਇਹਨਾਂ ਦੇ ਨਾਲ ਪੂਰਾ ਆਪਣੇ ਗੱਲ ਕੀਤੀ ਜੀ। ਉਸ ਤੋਂ ਬਾਅਦ ਆਪਾਂ ਜੀ ਗਏ ਜੀ ਹਾਈ ਕੋਰਟ ਦੇ ਵਿੱਚ, ਕਿਉਂਕਿ ਸਾਨੂੰ ਪਤਾ ਅਫਸਰ ਕਿਸੇ ਦੀ ਗੱਲ ਨਹੀਂ ਸੁਣਦੇ। ਹਾਈ ਕੋਰਟ ਦੇ ਵਿੱਚ ਜਾ ਗਿਆ, ਦੇਖੋ ਜੀ ਸਾਨੂੰ ਹਾਈ ਕੋਰਟ ਨੇ ਲਿਖਤੀ ਰੂਪ 'ਚ ਦਿੱਤਾ ਜੀ, ਤੁਸੀਂ 2009 ਦੇ ਵਿੱਚ ਆਪਾਂ ਹਾਈ ਕੋਰਟ ਤੋਂ ਕੇਸ ਜਿੱਤਿਆ ਜੀ ਇਹਨਾਂ ਤੋਂ। ਉਹਨਾਂ ਕਿਹਾ ਜੀ ਤੁਸੀਂ ਇੱਥੇ ਇੱਕ ਤਾਂ ਪਾਣੀ ਦੀ ਟੂਟੀ ਦਾ ਇਹਨਾਂ ਦਾ ਇੰਤਜ਼ਾਮ ਕਰੋ ਜੀ, ਟੈਕਸੀ ਸਟੈਂਡ ਵਾਲਿਆਂ ਦਾ, ਇੱਕ ਇਹਨਾਂ ਨੂੰ ਖਲੋਣ ਵਾਸਤੇ ਜਗ੍ਹਾ ਹੁਣੇ ਇਮੀਡੀਏਟਲੀ ਦਿੱਤੀ ਜਾਵੇ ਜੀ। ਉਹਨਾਂ ਨੇ ਸਾਨੂੰ ਉੱਥੇ ਜਗ੍ਹਾ ਦਿੱਤੀ ਜੀ, ਦੋਨਾਂ ਸਟੈਂਡਾਂ ਨੂੰ ਜਗ੍ਹਾ ਦਿੱਤੀ ਜੀ ਇੱਥੇ ਹਾਈ ਕੋਰਟ ਤੋਂ ਕੇਸ ਜਿੱਤਿਆ ਪਿਆ ਜੀ। ਆਟੋ ਸਟੈਂਡ ਵਾਲਿਆਂ ਨੂੰ ਇਹਨਾਂ ਨੇ ਜਗ੍ਹਾ ਦਿੱਤੀ ਜੀ ਉੱਥੇ। ਉਸ ਤੋਂ ਬਾਅਦ ਹੁਣ ਇਹਨਾਂ ਦੇ ਅਫਸਰ ਬਦਲਦੇ ਰਹਿੰਦੇ ਨੇ, ਹੁਣ ਨਵੇਂ ਅਫਸਰ ਆ ਗਏ ਨੇ, ਇਹਨਾਂ ਨੇ ਇੱਥੇ ਕੰਸਟਰਕਸ਼ਨ ਦਾ ਕੰਮ ਲਾ ਤਾ, ਸਾਰਾ ਕੰਸਟਰਕਸ਼ਨ ਲਾ ਤੀ ਇਹਨਾਂ ਨੇ ਇੱਥੇ ਹੁਣ ਸਾਨੂੰ ਕਹੇ ਜੀ ਤੁਸੀਂ ਬਾਹਰ ਲੈ ਜਾਓ ਗੱਡੀਆਂ। ਦੇਖੋ ਜੀ ਇੱਥੇ 400-500 ਪਰਿਵਾਰ ਪਲਦਾ ਪਿਆ, 400-500 ਆਟੋ ਅਤੇ ਟੈਕਸੀ ਹੈ, ਉਹ ਕਿੱਥੇ ਜਾਣਗੇ ਜੀ ਆਪਣੇ ਬੱਚਿਆਂ ਨੂੰ ਲੈ ਕੇ? ਇਹਨਾਂ ਅਫਸਰਾਂ ਨੂੰ ਪੁੱਛਿਆ ਜਾਏ ਜੀ ਉਹਨਾਂ ਦੀ ਕਿਹੜੀਆਂ ਤਨਖਾਹਾਂ ਲੱਗੀਆਂ ਪਿੱਛੇ, ਉਹਨਾਂ ਨੇ ਤਾਂ ਇੱਥੋਂ ਗੱਡੀ ਚਲਾ ਕੇ ਆਪਣਾ ਪੇਟ ਪਾਲਣਾ ਜੀ, ਤੇ ਉਹ ਕਿੱਥੇ ਜਾਣਗੇ? ਹੁਣ ਸਾਨੂੰ ਇਹ ਦੇਖੋ ਜੀ ਹਾਈ ਕੋਰਟ ਦੇ ਆਰਡਰ, ਸਾਨੂੰ ਜਿੰਨੀ ਜਗ੍ਹਾ 1402 ਸਕੁਏਅਰ ਫੁੱਟ ਸਾਨੂੰ ਇਹਨਾਂ ਨੇ ਜਗ੍ਹਾ ਦਿੱਤੀ ਸੀ ਉਦੋਂ ਜੀ ਟੈਕਸੀ ਸਟੈਂਡ ਵਾਲਿਆਂ ਨੂੰ, ਬਾਕੀ ਆਟੋ ਸਟੈਂਡ ਵਾਲਿਆਂ ਨੂੰ, ਇਹ ਸਾਡੀ ਜਗ੍ਹਾ ਸਾਨੂੰ ਦਿੱਤੀ ਜਾਵੇ ਅਤੇ ਆਪਾਂ ਇਹਨਾਂ ਨਾਲ ਕੋਈ ਸਾਡਾ ਝਗੜਾ ਨਹੀਂ। ਇਸ ਕਰਕੇ ਆਪਾਂ ਇਹ ਧਰਨਾ ਲਾਇਆ ਜੀ ਅੱਜ, ਅਤੇ ਇਹਨਾਂ ਦੇ ਰਿਸ਼ਤੇਦਾਰ ਹੀ ਨੇ ਵਿੱਚ ਜਿਹਨਾਂ ਦੇ ਠੇਕੇ ਠੁੱਕੇ ਲਏ ਆ ਜੀ, ਉਹ ਸਾਨੂੰ ਤੰਗ ਕਰ ਰਹੇ ਨੇ। ਉਹ ਜਦੋਂ ਆਉਂਦਾ ਉਹ ਬਸ ਆਉਂਦਾ ਜੀ ਇੱਥੋਂ ਖਾਲੀ ਕਰੋ ਜੀ, ਆ ਮੇਰੀ ਜਗ੍ਹਾ ਲਿਖਤੀ ਰੂਪ 'ਚ ਦਿਖਾਵੇ ਤੁਹਾਨੂੰ।